ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 16 ਨਵੰਬਰ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਾਨਮੀ ਦੀ ਜਾਣਕਾਰੀ, ਵੱਖ ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਹਨ। ਅਤੇ ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-400 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫ੍ਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-9698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਟ੍ਰਾਂਜ਼ੀਸ਼ਨ ਕਿਉਜ਼ ਨੂੰ ਲੈ ਕੇ ਚੱਲ ਰਹੀਆਂ ਖਬਰਾਂ ਦੇ ਉੱਤੇ ਭੜਕੇ। ਡੋਨਲਡ ਟਰੰਪ ਦੇ ਜਵਾਈ ਜੇਰਡ ਕਸ਼ਨਰ ਨੂੰ ਵਾਈਟ ਹਾਊਸ ਦੇ ਵਿੱਚ ਮਿਲ ਸਕਦਾ ਹੈ ਕੀ ਰੋਲ? ਬਰਨੀ ਸੈਂਡਰਸ ਅਤੇ ਸੈਨੇਟਰ ਚੱਕ ਨੂੰ ਡੈਮੋਕ੍ਰੈਟਿਕ ਪਾਰਟੀ ਸੈਨੇਟ ਦੇ ਵਿੱਚ ਕਮਾਨ ਦੇਣ ਦੀ ਤਿਆਰੀ ਦੇ ਵਿੱਚ। ਨਿਊ ਜਰਸੀ ਦੇ ਅਹਿਮਦ ਖਾਨ ਰਹਿਮੀ ਨੇ 8 ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ। ਸਟੂਡੈਂਟਸ ਨੇ ਯੂਨੀਵਰਸਿਟੀਜ਼ ਦੇ ਵਿੱਚ ਇਲੀਗਲ ਇਮੀਗ੍ਰੈਂਟਸ ਨੂੰ ਸ਼ਰਨ ਦੇਣ ਦੀ ਮੰਗ ਕੀਤੀ। ਹੁਣ ਖਬਰਾਂ ਵਿਸਥਾਰ ਦੇ ਨਾਲ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਉੱਤੇ ਲਗਾਤਾਰ ਇਹ ਐਕੂਜੇਸ਼ਨਸ ਲੱਗ ਰਹੀਆਂ ਹਨ ਕਿ ਉਹਨਾਂ ਦੀ ਟ੍ਰਾਂਜ਼ੀਸ਼ਨ, ਜੋ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਹੋਣੀ ਹੈ, ਉਸ ਦੇ ਵਿੱਚ ਕਾਫੀ ਜ਼ਿਆਦਾ ਮੁਸੀਬਤਾਂ ਅਤੇ ਦਿੱਕਤਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਡੋਨਲਡ ਟਰੰਪ ਦੀ ਟੀਮ ਨੂੰ ਲੈ ਕੇ ਕਾਫੀ ਸ਼ੇਰਗੁੱਲ ਮੱਚ ਰਿਹਾ ਹੈ, ਜਿਸ ਕਰਕੇ ਡੋਨਲਡ ਟਰੰਪ ਦੀ ਆਪਣੀ ਹੀ ਟੀਮ ਦੇ ਵਿੱਚ ਤਣਾਅ ਪੈਦਾ ਹੋ ਰਿਹਾ ਹੈ। ਪਰ ਇਹਨਾਂ ਸਾਰੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਕਿਹਾ ਕਿ ਟ੍ਰਾਂਜ਼ੀਸ਼ਨ ਪ੍ਰੋਸੈਸ ਪੂਰੀ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ, ਜਿਸ ਤਰ੍ਹਾਂ ਇਹ ਚੱਲਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਕਈ ਲੋਕ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਗਲਤ ਅਫਵਾਹਾਂ ਫੈਲਾ ਰਹੇ ਹਨ ਕਿ ਟ੍ਰਾਂਜ਼ੀਸ਼ਨ ਪ੍ਰੋਸੈਸ ਦੇ ਵਿੱਚ ਆਪਸੀ ਝਗੜੇ ਹੋ ਰਹੇ ਹਨ। ਟ੍ਰਾਂਜ਼ੀਸ਼ਨ ਟੀਮ ਵਾਈਸ ਪ੍ਰੈਜ਼ੀਡੈਂਟ ਇਲੈਕਟ ਮਾਈਕ ਪੈਂਸ ਦੇ ਹਵਾਲੇ ਕੀਤੀ ਗਈ ਹੈ ਅਤੇ ਮਾਈਕ ਪੈਂਸ ਇਸ ਦੇ ਇੰਚਾਰਜ ਬਣਾਏ ਗਏ ਹਨ। ਡੋਨਲਡ ਟਰੰਪ ਦੇ ਜਵਾਈ ਜੇਰਡ ਕਸ਼ਨਰ ਨੂੰ ਵੀ ਕਈ ਮਹੱਤਵਪੂਰਨ ਰੋਲ ਇਸ ਦੇ ਵਿੱਚ ਦਿੱਤੇ ਗਏ ਹਨ ਅਤੇ ਉਹਨਾਂ ਦੇ ਕੋਲ ਵੀ ਪੂਰੀ ਪਾਵਰ ਹੈ, ਉਹ ਕਿਸ ਨੂੰ ਇਸ ਟੀਮ ਦੇ ਵਿੱਚ ਲੈ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਡੋਨਲਡ ਟਰੰਪ ਇਸ ਸਮੇਂ ਆਪਣੇ ਟਰੰਪ ਟਾਵਰ ਦੇ ਵਿੱਚੋਂ ਹੀ ਆਪਣੇ ਸਾਥੀ ਅਤੇ ਸਹਿਯੋਗੀਆਂ ਦੇ ਨਾਲ ਲਗਾਤਾਰ ਫੋਨ ਦੇ ਉੱਤੇ ਗੱਲਬਾਤ ਕਰ ਰਹੇ ਹਨ ਅਤੇ ਆਪਣੀ ਟੀਮ ਦੇ ਵਿੱਚ ਕਿਸ ਨੂੰ ਸ਼ਾਮਲ ਕਰਨਾ ਹੈ ਉਸ ਦੇ ਉੱਤੇ ਚਰਚਾ ਕਰ ਰਹੇ ਹਨ। ਡੋਨਲਡ ਟਰੰਪ ਦੇ ਜਵਾਈ ਜੇਰਡ ਕੁਸ਼ਨਰ, ਜੋ ਕਿ ਉਹਨਾਂ ਦੇ ਕੈਂਪੇਨ ਦੇ ਦੌਰਾਨ ਉਹਨਾਂ ਦੇ ਕਾਫੀ ਨਜ਼ਦੀਕ ਰਹੇ ਅਤੇ ਪੂਰੇ ਜ਼ੋਰ ਸ਼ੋਰ ਦੇ ਨਾਲ ਉਹਨਾਂ ਨੇ ਡੋਨਲਡ ਟਰੰਪ ਦਾ ਪ੍ਰੈਜ਼ੀਡੈਂਟ ਇਲੈਕਸ਼ਨ ਦੇ ਲਈ ਸਾਥ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਹੁਣ ਉਹ ਡੋਨਲਡ ਟਰੰਪ ਦੇ ਈਅਰਸ ਐਂਡ ਆਈਜ਼ ਬਣੇ ਹੋਏ ਹਨ, ਜਿਸ ਦੇ ਵਿੱਚ ਡੋਨਲਡ ਟਰੰਪ ਵਾਈਟ ਹਾਊਸ ਜਾਣ ਦੇ ਲਈ ਆਪਣੀ ਪੂਰੀ ਟ੍ਰਾਂਜ਼ੀਸ਼ਨ ਟੀਮ ਤਿਆਰ ਕਰ ਰਹੇ ਹਨ। ਇਸ ਦੇ ਵਿੱਚ ਜੇਰਡ ਕਸ਼ਨਰ ਦਾ ਕਾਫੀ ਮਹੱਤਵਪੂਰਨ ਰੋਲ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਿਨਾਂ ਕਿਸੇ ਆਫੀਸ਼ੀਅਲ ਪੋਸਟ ਦੇ ਬਾਵਜੂਦ ਵੀ ਉਸਦਾ ਵਾਈਟ ਹਾਊਸ ਦੇ ਵਿੱਚ ਕਿਹੜੇ ਅਧਿਕਾਰੀ ਨਿਯੁਕਤ ਕੀਤੇ ਜਾਣੇ ਹਨ, ਕੌਣ ਸਪੈਸ਼ਲ ਕੌਂਸਲ ਜਾਂ ਐਡਵਾਈਜ਼ਰ ਹੋਣਗੇ, ਇਸ ਦੇ ਉੱਤੇ ਖਾਸ ਨਜ਼ਰ ਜੇਰਡ ਕਸ਼ਨਰ ਨੇ ਲਾਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸਨੂੰ ਕੋਈ ਵੱਡਾ ਸਰਕਾਰੀ ਅਹੁਦਾ ਵੀ ਮਿਲ ਸਕਦਾ ਹੈ। ਇਸ ਦੇ ਲਈ ਉਹਨਾਂ ਦੇ ਲਾਇਰਸ ਆਲਰੇਡੀ ਕੰਮ ਦੇ ਉੱਤੇ ਲੱਗੇ ਹੋਏ ਹਨ, ਤਾਂ ਕਿ ਅੱਗੇ ਜਾ ਕੇ ਕੋਈ ਕੌਨਫਲਿਕਟ ਆਫ ਇੰਟਰਸਟ ਵਾਲਾ ਮੁੱਦਾ ਨਾ ਇਸ ਦੇ ਉੱਤੇ ਉੱਠੇ। ਦੱਸਿਆ ਜਾ ਰਿਹਾ ਹੈ ਕਿ ਉਸਦੀ ਰੀਅਲ ਸਟੇਟ ਅਤੇ ਮੀਡੀਆ ਹੋਲਡਿੰਗ ਦੇ ਵਿੱਚ ਜੋ ਉਸਦੇ ਸ਼ੇਅਰ ਹਨ, ਉਸਨੂੰ ਸਸਪੈਂਡ ਕਰਨ ਅਤੇ ਇੱਧਰ ਉੱਧਰ ਕਰਨ ਦੀ ਤਿਆਰੀ ਪੂਰੀ ਤਰ੍ਹਾਂ ਚੱਲ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਜੇਰਡ ਕਸ਼ਨਰ ਨੂੰ ਵਾਈਟ ਹਾਊਸ ਦੇ ਵਿੱਚ ਆਫੀਸ਼ੀਅਲ ਪੋਸਟ ਮਿਲਦੀ ਹੈ ਤਾਂ ਉਸਦੀ ਪਤਨੀ ਇਵਾਂਕਾ ਟਰੰਪ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਅਸਤੀਫਾ ਦੇ ਕੇ ਵਾਸ਼ਿੰਗਟਨ DC ਮੂਵ ਹੋਣਗੇ। ਹਜੇ ਤੱਕ ਫੈਡਰਲ ਐਂਟੀ ਨੈਪੋਟਿਜ਼ਮ ਲਾਅ ਦੇ ਉੱਤੇ ਪੂਰੀ ਤਰ੍ਹਾਂ ਗੌਰ ਨਹੀਂ ਕੀਤਾ ਗਿਆ, ਜਿਸ ਦੇ ਤਹਿਤ ਵਾਈਟ ਹਾਊਸ ਦੇ ਵਿੱਚ ਆਪਣੇ ਕਿਸੇ ਵੀ ਰਿਲੇਟਿਵ ਨੂੰ ਨੌਕਰੀ ਦਿੱਤੀ ਜਾਏ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੋਰ ਸਾਫ਼ ਹੋਏਗਾ ਕਿ ਮਿਸਟਰ ਕਸ਼ਨਰ ਡੋਨਲਡ ਟਰੰਪ ਦੇ ਜਵਾਈ ਹੋਣ ਤੋਂ ਬਾਅਦ ਕੀ ਆਫੀਸ਼ੀਅਲ ਪੋਸਟ ਵਾਈਟ ਹਾਊਸ ਦੇ ਵਿੱਚ ਲੈ ਸਕਦੇ ਹਨ ਜਾਂ ਫਿਰ ਨਹੀਂ। ਇਹਨਾਂ ਦਾ ਜੇ ਬੈਕਗ੍ਰਾਉਂਡ ਇਤਿਹਾਸ ਦੇਖਿਆ ਜਾਏ ਤਾਂ ਇਸਦੇ ਪਿਤਾ ਚਾਰਲਸ ਕੁਸ਼ਨਰ ਨੂੰ ਕਰਪਸ਼ਨ ਮਾਮਲੇ ਦੇ ਵਿੱਚ ਗਿਲਟੀ ਪਾਇਆ ਗਿਆ ਸੀ ਤੇ ਉਸ ਸਮੇਂ US ਅਟਾਰਨੀ ਕ੍ਰਿਸ ਕ੍ਰਿਸਟੀ ਸਨ।
ਸੈਨੇਟਰ ਬਰਨੀ ਸੈਂਡਰ ਅਤੇ ਸੈਨੇਟਰ ਚੱਕ ਸੈਨੇਟ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਕਮਾਨ ਸੰਭਾਲਣਗੇ। ਦੱਸਿਆ ਜਾ ਰਿਹਾ ਕਿ ਬਰਨੀ ਸੈਂਡਰ ਅਤੇ ਚੱਕ ਨੂੰ ਡੈਮੋਕ੍ਰੈਟਿਕ ਪਾਰਟੀ ਲੀਡਰਸ਼ਿਪ ਦੇ ਵਿੱਚ ਅਹਿਮ ਰੋਲ ਦੇਣ ਜਾ ਰਹੀ ਹੈ ਤਾਂ ਕਿ ਉਹ ਵਾਈਟ ਹਾਊਸ ਦੇ ਵਿੱਚ ਡੋਨਲਡ ਟਰੰਪ ਦੀ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖ ਸਕਣ। ਦੱਸਿਆ ਜਾ ਰਿਹਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੀਆਂ ਪ੍ਰਾਇਮਰੀਜ਼ ਦੇ ਦੌਰਾਨ ਆਮ ਲੋਕਾਂ ਦੀ ਆਵਾਜ਼ ਬਣੇ ਬਰਨੀ ਸੈਂਡਰ ਦੇ ਉੱਤੇ ਹੁਣ ਡੈਮੋਕ੍ਰੈਟਿਕ ਪਾਰਟੀ ਕਾਫ਼ੀ ਭਰੋਸਾ ਦਿਖਾ ਰਹੀ ਹੈ ਅਤੇ ਮੰਨ ਕੇ ਚੱਲ ਰਹੇ ਹਨ ਕਿ ਬਰਨੀ ਸੈਂਡਰ, ਜਿਸ ਨੂੰ ਕਿ ਕਈ ਰਿਪਬਲਿਕਨ ਲੀਡਰ ਅਤੇ ਰਿਪਬਲਿਕਨ ਵੋਟਰਸ ਦੇ ਵੱਲੋਂ ਵੀ ਸਹਿਮਤੀ ਉਸ ਟਾਈਮ ਮਿਲੀ ਸੀ, ਉਹਨਾਂ ਦਾ ਕਾਫ਼ੀ ਪ੍ਰਭਾਵ ਪੈਂਦਾ ਹੈ। ਹਜੇ ਤੱਕ ਪੂਰੀ ਤਰ੍ਹਾਂ ਉਹਨਾਂ ਦੇ ਕੀ ਰੋਲ ਹੋਣਗੇ ਇਸ ਦੇ ਬਾਰੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ, ਪਰ ਜ਼ਿਆਦਾਤਰ ਡੈਮੋਕ੍ਰੈਟਸ ਹੁਣ ਡੋਨਲਡ ਟਰੰਪ, ਜੋ ਕਿ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਵਜੋਂ 20 ਜਨਵਰੀ ਨੂੰ ਸਹੁੰ ਚੱਕਣਗੇ, ਉਹਨਾਂ ਦੀਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਬਣਾ ਕੇ ਰੱਖਣ ਦੀ ਅਤੇ ਕੋਈ ਪਾਲਿਸੀ ਜੋ ਕਿ ਡੈਮੋਕ੍ਰੈਟਿਕ ਪਾਰਟੀ ਦੇ ਕਾਫ਼ੀ ਉਲਟ ਆਉਂਦੀ ਹੈ ਤਾਂ ਉਸਨੂੰ ਪੋਜ਼ ਕਰਨ ਦੇ ਲਈ ਬਰਨੀ ਸੈਂਡਰਸ ਨੂੰ ਪੁਆਇੰਟ ਕਰ ਰਹੀ ਹੈ। ਨਿਊ ਜਰਸੀ ਦੇ ਅਹਿਮਦ ਖਾਨ ਰਹੀਮੀ ਨੂੰ 8 ਫੈਡਰਲ ਕ੍ਰਿਮੀਨਲ ਚਾਰਜਸ ਦੇ ਵਿੱਚ ਦੋਸ਼ੀ ਪਾਇਆ ਗਿਆ, ਜਿਨ੍ਹਾਂ ਦੇ ਵਿੱਚ ਮੈਨਹੈਟਨ ਨਿਊ ਜਰਸੀ ਦੇ ਵਿੱਚ ਬੌਂਬਿੰਗ ਦੇ ਇਲਜ਼ਾਮ ਇਹਨਾਂ ਦੇ ਉੱਤੇ ਲਾਏ ਗਏ। ਫੈਡਰਲ ਪ੍ਰੋਸੀਕਿਊਟਰ ਦੇ ਅਨੁਸਾਰ 28 ਸਾਲਾਂ ਦੇ ਅਫਗਾਨ ਬੋਰਨ ਅਹਿਮਦ ਖਾਨ ਰਹੀਮੀ, ਜੋ ਕਿ US ਸਿਟੀਜ਼ਨ ਹਨ, ਉਸਨੇ ਇੰਟਰਨੈਸ਼ਨਲ ਅੱਤਵਾਦੀ ਗਰੁੱਪ ਅਲਕਾਇਦਾ ਤੋਂ ਪ੍ਰਭਾਵਿਤ ਹੋ ਕੇ ਇਹ ਬੰਬ ਮੈਨਹੈਟਨ ਅਤੇ ਨਿਊ ਜਰਸੀ ਦੇ ਵਿੱਚ ਪਲਾਂਟ ਕੀਤੇ। ਜੋਇਲ ਰੋਜ਼ੇ ਦੀ ਆਈ ਇੱਕ ਰਿਪੋਰਟ ਦੇ ਅਨੁਸਾਰ ਇਸਨੇ ਮੈਨਹੈਟਨ ਦੇ ਚੈਲਸੀ ਨੇਬਰਹੁੱਡ ਦੇ ਵਿੱਚ ਸਪਟੈਂਬਰ ਦੇ ਵਿੱਚ ਬੰਬ ਧਮਾਕਾ ਕੀਤਾ, ਜਿਸ ਦੇ ਵਿੱਚ 30 ਲੋਕ ਜ਼ਖਮੀ ਹੋਏ ਅਤੇ ਉਸ ਤੋਂ ਬਾਅਦ ਦੇ ਵਿੱਚ ਉਸਨੂੰ ਮੈਨਹੈਟਨ ਦੇ ਵਿੱਚ ਇੱਕ ਦੂਸਰਾ ਬੰਬ ਪਲਾਂਟ ਕਰਨ ਦੇ ਦੋਸ਼ ਵੀ ਦੋਸ਼ੀ ਪਾਇਆ ਗਿਆ, ਜੋ ਕਿ ਐਕਸਪਲੋਡ ਹੋਣ ਤੋਂ ਪਹਿਲਾਂ ਹੀ ਸੁਰੱਖਿਆ ਕਰਮੀਆਂ ਦੀ ਨਿਗਾਹ ਦੇ ਵਿੱਚ ਆ ਗਿਆ ਸੀ। ਅਤੇ ਉਸ ਤੋਂ ਬਾਅਦ ਦੇ ਵਿੱਚ ਮਰੀਨ ਕੋਰਪਸ ਚੈਰਿਟੀ ਰੇਸ ਦੇ ਦੌਰਾਨ ਇੱਕ ਪਾਈਪ ਬੰਬ ਜੋ ਐਕਸਪਲੋਡ ਹੋਇਆ, ਉਸ ਮਾਮਲੇ ਦੇ ਵਿੱਚ ਵੀ ਇਸਨੂੰ ਦੋਸ਼ੀ ਪਾਇਆ ਗਿਆ। ਇਸ ਨੂੰ ਬਾਅਦ ਦੇ ਵਿੱਚ ਨਿਊ ਜਰਸੀ ਦੇ ਲੰਡਨ ਇਲਾਕੇ ਦੇ ਵਿੱਚ ਸ਼ੂਟ ਆਊਟ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪਿਛਲੇ ਹਫ਼ਤੇ ਤੱਕ ਇਹ ਨਿਊ ਜਰਸੀ ਦੇ ਵਿੱਚ ਹੀ ਉਹ ਸ਼ੂਟ ਆਊਟ ਦੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਦੇ ਵਿੱਚ ਰਿਕਵਰ ਕਰ ਲਿਆ ਸੀ, ਪਰ ਹੁਣ ਨਿਊਯਾਰਕ ਦੇ ਵਿੱਚ ਉਸਨੇ ਫੈਡਰਲ ਕੋਰਟ ਦੇ ਅੱਗੇ ਪੇਸ਼ੀ ਦਿੱਤੀ। ਕੋਰਟ ਨੇ ਉਸਨੂੰ ਸਾਰੇ ਮਾਮਲਿਆਂ ਦੇ ਵਿੱਚ ਦੋਸ਼ੀ ਠਹਿਰਾਇਆ ਅਤੇ ਜ਼ਿੰਦਗੀ ਭਰ ਕੈਦ ਦੀ ਸਜ਼ਾ ਸੁਣਾਈ। ਦੱਸਿਆ ਜਾ ਰਿਹਾ ਕਿ ਰਹੀਮੀ ਨਿਊ ਜਰਸੀ ਦੇ ਵਿੱਚ ਵੀ 30 ਮਾਮਲਿਆਂ ਦੇ ਵਿੱਚ ਉਸਦੇ ਉੱਤੇ ਕੇਸ ਚੱਲ ਰਹੇ ਹਨ ਅਤੇ ਹੁਣ ਇਸਦੇ ਇਹ ਸਾਰੇ ਕੇਸ ਵੀਡੀਓ ਕਾਨਫਰੰਸ ਦੇ ਦੁਆਰਾ ਸਟੇਟ ਕੋਰਟ ਹਾਊਸ ਦੇ ਵਿੱਚ ਕੀਤੇ ਜਾਣਗੇ। ਅਮਰੀਕਾ ਭਰ ਦੇ ਵਿੱਚ ਕਈ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਨੇ ਇਹ ਮੰਗ ਕੀਤੀ ਹੈ ਕਿ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਨਡਾਕੂਮੈਂਟ ਸਟੂਡੈਂਟਸ ਨੂੰ ਯੂਨੀਵਰਸਿਟੀ ਪ੍ਰੋਟੈਕਟ ਕਰੇ। ਡੋਨਲਡ ਟਰੰਪ ਦਾ ਕੈਂਪੇਨ ਪੂਰੀ ਤਰ੍ਹਾਂ ਇਮੀਗ੍ਰੇਸ਼ਨ ਲਾਜ਼ ਦੇ ਉੱਤੇ ਰਿਹਾ ਅਤੇ ਉਹਨਾਂ ਨੇ ਵਾਰ ਵਾਰ ਇਲੀਗਲ ਇਮੀਗ੍ਰੈਂਟਸ ਨੂੰ ਡਿਪੋਰਟ ਕਰਨ ਦੀ ਗੱਲਬਾਤ ਕਹੀ, ਹਾਲਾਂਕਿ ਹੁਣ ਡੋਨਲਡ ਟਰੰਪ ਸਿਰਫ ਕ੍ਰਿਮੀਨਲ ਇਲੀਗਲ ਇਮੀਗ੍ਰੈਂਟਸ ਨੂੰ ਡਿਪੋਰਟ ਕਰਨ ਦੀ ਗੱਲਬਾਤ ਕਰ ਰਹੇ ਹਨ, ਪਰ ਕਈ ਸਟੂਡੈਂਟਸ ਯੂਨੀਵਰਸਿਟੀਜ਼ ਦੇ ਵਿੱਚ ਹੁਣ ਇਹ ਮੰਗ ਕਰ ਰਹੇ ਹਨ ਕਿ ਯੂਨੀਵਰਸਿਟੀਜ਼ ਇਲੀਗਲ ਇਮੀਗ੍ਰੈਂਟ ਸਟੂਡੈਂਟਸ ਨੂੰ ਪ੍ਰੋਟੈਕਟ ਕਰਨ। ਕਈ ਸਕੂਲਾਂ ਦੇ ਵਿੱਚ ਪਟੀਸ਼ਨ ਲਾ ਕੇ ਸਕੂਲ ਚੇਅਰਮੈਨ ਦੇ ਕੋਲ ਇਹ ਮੰਗ ਕੀਤੀ ਗਈ ਹੈ। ਹਾਰਵਰਡ ਯੂਨੀਵਰਸਿਟੀ ਦੇ ਵਿੱਚ ਵੀ ਹਾਰਵਰਡ ਕ੍ਰਿਮਸਨ ਦੇ ਵਿੱਚ ਛਪੀ ਇੱਕ ਲੈਟਰ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਕੋਲੋਂ ਇਹ ਮੰਗ ਕੀਤੀ ਗਈ ਹੈ ਅਤੇ ਜੋ ਹੇਟ ਸਪੀਚ ਇਮੀਗ੍ਰੈਂਟ ਦੇ ਖਿਲਾਫ ਹੋ ਰਹੀ ਹੈ ਉਸਨੂੰ ਡਿਨਾਊਂਸ ਕਰਨ ਦੀ ਮੰਗ ਇੱਕ ਸਟੂਡੈਂਟ ਦੁਆਰਾ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਟੀਸ਼ਨ ਦੇ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ 350 ਤੋਂ ਜ਼ਿਆਦਾ ਫੈਕਲਟੀ ਮੈਂਬਰ ਨੇ ਰਿਪੋਰਟ ਕੀਤੀ ਹੈ। ਹਾਰਵਰਡ ਪ੍ਰੈਜੀਡੈਂਟ ਡਰਿਊ ਫੌਸਟ ਨੇ ਕੈਂਪਸ ਕਮਿਊਨਿਟੀ ਨੂੰ ਇੱਕ ਲੈਟਰ ਲਿਖੀ, ਜਿਸ ਤੋਂ ਬਾਅਦ ਦੇ ਵਿੱਚ ਨਫ਼ਰਤ ਫੈਲਾਉਣ ਵਾਲੇ ਬਿਆਨਾਂ ਨੂੰ ਰੋਕਣ ਤੇ ਆਪਸੀ ਭਾਈਚਾਰੇ ਨੂੰ ਵਧਾਉਣ ਦੀ ਗੱਲਬਾਤ ਕਹੀ ਗਈ। ਵੈਸੇ ਰਿਕਾਰਡ ਤੌਰ ਦੇ ਉੱਤੇ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਕਈ ਸਾਰੇ ਇਲੀਗਲ ਇਮੀਗ੍ਰੈਂਟਸ ਨੂੰ ਡਿਪੋਰਟ ਕੀਤਾ ਅਤੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਰਾਸ਼ਟਰਪਤੀ ਦੇ ਸ਼ਾਸਨ ਕਾਲ ਦੇ ਵਿੱਚ ਕੀਤੀ ਗਈ ਉਹ ਸਭ ਤੋਂ ਵੱਡੀ ਡਿਪੋਰਟੇਸ਼ਨ ਰਹੀ। ਪਰ ਫਿਰ ਵੀ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਚ ਇਲੀਗਲ ਇਮੀਗ੍ਰੈਂਟਸ ਜਾਂ ਫਿਰ ਦੂਸਰੇ ਇਮੀਗ੍ਰੈਂਟਸ ਜ਼ਿਆਦਾ ਚਿੰਤਾ ਦੇ ਵਿੱਚ ਦਿਖਾਈ ਦੇ ਰਹੇ ਹਨ। ਇਸ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 65 ਡਿਗਰੀ ਅਤੇ ਰਾਤ ਨੂੰ ਲੋਅ ਟੈਂਪਰੇਚਰ 44 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋਅ। ਸੈਕਰਾਮੈਂਟੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋਅ। ਯੂਬਾ ਸਿਟੀ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋਅ। ਸਟੋਕਟਨ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋਅ। ਟ੍ਰੇਸੀ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋਅ। ਮੋਡੈਸਟੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋਅ। ਫਰੈਜ਼ਨੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋਅ। ਬੇਕਰਫੀਲਡ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋਅ। ਲਾਸ ਏਂਜਲਸ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋਅ। ਟਰੱਕੀ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋਅ। ਸਾਊਥ ਲੇਕ ਟਾਹੋ ਦੇ ਵਿੱਚ 43 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋਅ। ਪੋਰਟਲੈਂਡ ਓਰੇਗਨ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋਅ। ਸੈਟਲ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋਅ ਰਹੇਗਾ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 46 ਡਿਗਰੀ ਹਾਈ ਅਤੇ ਰਾਤ ਨੂੰ 16 ਡਿਗਰੀ ਲੋਅ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 42 ਡਿਗਰੀ ਹਾਈ ਅਤੇ
ਰਾਤ ਨੂੰ 24 ਡਿਗਰੀ ਲੋ, ਸ਼ਿਕਾਗੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ, ਨਿਊਯਾਰਕ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ, ਟੋਰਾਂਟੋ ਕੈਨੇਡਾ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ, ਵਿਨੀਪੈਗ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ, ਕੈਲਗਰੀ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -6 ਡਿਗਰੀ ਸੈਲਸੀਅਸ ਲੋ, ਵੈਨਕੂਵਰ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ, ਪੰਜਾਬ ਅੰਮ੍ਰਿਤਸਰ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਹੇਗਾ, ਮੈਲਬਰਨ ਆਸਟ੍ਰੇਲੀਆ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ, ਲੰਡਨ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਰਹੇਗਾ, ਬਰਲਿਨ ਜਰਮਨੀ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਰਹੇਗਾ, ਅਤੇ ਫਰਾਂਸ ਪੈਰਿਸ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ, ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 54 ਅੰਕਾਂ ਦੀ ਗਿਰਾਵਟ ਦੇ ਨਾਲ 18,868.14 ਤੇ ਬੰਦ ਹੋਇਆ। ਨੈਸਡੈਕ 18 ਅੰਕ ਵੱਧ ਕੇ 5,294.58 ਤੇ ਬੰਦ ਹੋਇਆ। S&P 3 ਅੰਕਾਂ ਦੀ ਗਿਰਾਵਟ ਦੇ ਨਾਲ 2,76.94 ਤੇ ਬੰਦ ਹੋਇਆ। ਵਿਲਸ਼ਰ 5,000 35 ਅੰਕਾਂ ਦੀ ਗਿਰਾਵਟ ਦੇ ਨਾਲ 22,723.36 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟਾਰਗੇਟ ਦਾ ਰਿਹਾ, ਜਿਸ ਦੀ ਕੀਮਤ 76.04 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 67.97 ਰੁਪਏ, ਕੈਨੇਡੀਅਨ ਡਾਲਰ ਦੀ ਕੀਮਤ ਰਹੀ 50.60 ਰੁਪਏ, ਇੱਕ ਬ੍ਰਿਟਿਸ਼ ਪਾਊਂਡ ਦੀ ਕੀਮਤ ਰਹੀ 84.50 ਰੁਪਏ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50.80 ਰੁਪਏ, ਇੱਕ ਯੂਰੋ ਦੀ ਕੀਮਤ ਰਹੀ 72.75 ਰੁਪਏ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48.18 ਰੁਪਏ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 48.03 ਰੁਪਏ, ਬਹਿਰੀਨੀ ਦਿਨਾਰ ਦੀ ਕੀਮਤ ਰਹੀ 221.21 ਰੁਪਏ, ਕੁਵੈਤੀ ਦਿਨਾਰ ਦੀ ਕੀਮਤ ਰਹੀ 223.54 ਰੁਪਏ। ਸੋਨੇ ਦਾ ਰੇਟ $1,226.46 ਪਰ ਆਉਂਸ ਰਿਹਾ ਅਤੇ ਚਾਂਦੀ $16.95 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ, ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-100 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradio.usa.com ਤੇ। ਇੱਕ ਵਾਰੀ ਫਿਰ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।